ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਦਸੂਏ ਹਲਕੇ ਦੇ ਲੋਕਾਂ ਦੇ ਕਿੰਨੇ ਮਸਲੇ ਹੱਲ ਹੋਏ ਇੱਕ ਵੀਡੀਓ ਵਾਇਲਡ ਹੋ ਰਹੀ ਆ سوشل میڈیا ਤੇ ਤੁਹਾਡੇ ਪਰਿਵਾਰ ਖਿਲਾਫ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਪਰਿਵਾਰ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਇਹਨਾਂ ਦੇ ਕੋਲ ਪੈਸੇ ਲੈ ਕੇ ਮੁਰਕੇ ਪੈਸੇ ਵਾਪਸ ਨਹੀਂ ਕੀਤੇ ਗਏ ਤੁਸੀਂ ਜਿਸਪਿੰਡ ਦੇ ਵਿੱਚ ਵੀ ਜਾਣੇ ਆਮ ਮਹਾਰੇ ਲੋਕ ਆਉਂਦੇ ਆ ਕੋਈ ਪੇੜ ਬੰਦੇ ਨਹੀਂ ਰੱਖੇ ਹੋਏ ਅਸੀਂ ਕੋਈ ਪੈਸੇ ਦੇ ਕੇ ਕੋਈ ਮਨਾਲ ਬੰਦੇ ਨਹੀਂ ਜੁੜੇ ਲੋਕ ਦਿਲੋਂ ਸਾਡਾ ਸਾਥ ਦੇ ਰਹੇ ਕਿ ਜਿਹੜੀਆਂ ਇਹ ਸੀਟਾਂ ਆ ਪੈਸੇ ਦੇ ਕੇ ਦਿੱਤੀਆਂ ਲਈਆਂ ਗਈਆਂ ਨੇ ਕਰਮਵੀਰ ਨੇ ਵੀ ਪੈਸੇ ਲੈ ਕੇ ਤਾਂ ਪੈਸੇ ਦੇ ਕੇ ਆਮ ਆਦਮੀ ਪਾਰਟੀ ਨੂੰ ਸੀਟ ਲਈ ਤਾਂ ਇੱਕ ਮੌਕਾ ਕੇਂਜਰੀਵਾਲ ਨੂੰ ਇਹ ਘੁੰਮਣ ਨੂੰ ਕਿਉਂ ਨਹੀਂ ਕਰਮਵੀਰ ਘੁੰਮਣ ਨੂੰ ਕਿਉਂ ਨਹੀਂ ਜਾਂ ਭਗਵੰਤ ਮਾਨ ਕਿਉਂ ਨਹੀਂ ਮੌਕਾ ਦਿੱਤਾ ਜਾਂਦਾ ਇਹ ਕਿ 2017 ਦੀ ਗੱਲ ਕਰੀਏ ਤਾਂ ਜੋ 2017 ਦਾ ਆਮ ਆਦਮੀ ਪਾਰਟੀ ਦਾ ਕੇਡੇ ਦਸੂਹੇ ਵੇ ਸੀ ਉਹ ਅੱਜ ਪਾਰਟੀ ਨੂੰ ਛੱਡ ਕੇ ਅਕਾਲ ਤਰਵਜ ਜਾ ਚੁੱਕੇ ਕਿ ਉਹਨਾਂ ਨੂੰ ਮਨਾਉਣ ਦੀ ਕੋਈ ਕੋਸ਼ਿਸ਼ ਕੀਤੀ ਇੱਕ ਪਾਸੇ ਮਿੱਕੀ ਡੋਗਰਾ ਜਿਨ੍ਹਾਂ ਦਾ ਜ਼ਿਕਰ ਪਰਿਵਾਰ ਦੇਖਿਆ ਜਾਵੇ ਤਾਂ ਰਾਜਨੀਤਿਕ ਪਰਿਵਾਰ ਵਿੱਚ ਆਉਂਦੇ ਨੇ ਦੂਜੇ ਪਾਸੇ ਦੇਖਿਆ ਜਾਵੇ ਤੇ ਬਸਪਾ ਦੇ ਜਿਹੜੇ ਉਮੀਦਵਾਰ ਅ ਸੁਸ਼ੀਲ ਕੁਮਾਰ ਪਿੰਕੀ ਇੱਕ ਵਧੀਆ ਬਿਜ਼ਨਸਮੈਨ ਲੋਕਾਂ ਦੇ ਵਿੱਚ ਨਾਮ ਜਾਣਿਆ ਜਾਂਦਾ ਉਹਨਾਂ ਦਾ ਤੁਸੀਂ ਉਹਨਾਂ ਨੂੰ ਆਪਣੇ ਆਪ ਨੂੰ ਕਿੱਥੇ ਦੇਖਦੇ ਇਸ ਮੈਦਾਨ ਦੇ ਵਿੱਚ ਕਰਨ ਵੀ ਜੀ ਤੁਸੀਂ ਮੌਜੂਦਾ ਵਿਧਾਇਕ ਮिक्की ਡੋਗਰਾ ਦੇ ਖਿਲਾਫ ਕਾਫੀ ਅਗਰੈਸਿਵ ਰਹਿੰਦੇ ਹੋ ਪਿਛੇ ਜੇ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਉਹਨਾਂ ਨੇ ਕਿਸਾਨਾਂ ਦੀ ਜਿਹੜੀ ਕੰਡਿਆਲੀ ਧਾਰ ਖਾ ਲਈ ਜਾਂ ਇਸ ਤੋਂ ਪਹਿਲਾਂ ਕਿ ਮਾਈਨਿੰਗ ਦੇ ਵੀ ਉਹਨਾਂ ਦੇ ਉੱਤੇ ਹੀ ਰੋਪ ਲੱਗਦੇ ਰਹੇ ਤੇ ਜਦੋਂ ਚੁਣੇ ਹੋਏ ਨਮਾਇंदे ਲੋਕਾਂ ਦੇ ਹੱਕ ਮਾਰਨ ਫਿਰ ਸੁਭਾਵਿਕ ਤੌਰ ਤੇ ਕਿਸੇ ਨਾ ਕਿਸੇ ਨੂੰ ਤਾਂ ਬੋਲਣਾ ਪਊਗਾ ਜੇ ਅਸੀਂ ਨਾ ਬੋਲਾਂਗੇ ਤੇ ਲੀਡਰ ਜਿਹੜੇ ਸਾਨੂੰ ਸਦਾ ਲੁੱਟ ਰਹੇ ਆ ਸਦਾ ਖਾ ਰਹੇ ਆ ਉਹਨਾਂ ਦਾ ਹੌਸਲੇ ਹੋਰ ਵਧਣਗੇ ਉਦੋਂ ਆਈ ਦੀ ਗੱਲ ਕੀਤੀ ਜਾਵੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹ ਕਹਿੰਦੇ ਕਿ ਕਰਨ ਵੀਰ ਹੁਣਾਂ ਦੇ ਤਾਂ ਆਪਣੀਆਂ 4-5 ਮੋਟਰਾਂ ਨੇ ਕਿ ਅਸੀਂ ਨਹੀਂ ਸਬਸਿਡੀ ਲੈ ਸਕਦੇ ਜਿਹੜੇ ਕੰਮ ਉਸ ਕਰ। ਇਹ ਪੰਜ ਸਾਲ ਹੀ ਵਧਾਇਕ ਰਹੇ ਨੇ ਇਹਨਾਂ ਦੇ ਫਾਜ਼ਲ ਸਾਹਿਬ ਵੀ ਵਧਾਇਕ ਰਹੇਗੇ ਇਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਅਜੇ ਤੱਕ ਮੈਨੂੰ ਲੱਗਦਾ ਪੂਰੀ ਨੌਲੇਜ ਹੀ ਨਹੀਂ ਹੈਗੀ। ਇਹ ਕਿ ਕਰਨ ਵੀਰ ਜੀ ਤੁਹਾਡੇ ਪਰਿਵਾਰ ਦਾ ਪਿਛੋਕਰ ਦੇਖਿਆ ਜਾਵੇ ਤੇ ਕਾਫੀ ਲੰਬਾ ਸਮਾਂ ਤੁਸੀਂ ਵੀ ਅਕਾਲੀ ਦਲ ਦੇ ਵਿੱਚ ਗੁਜ਼ਾਰਿਆ। ਅਕਾਲੀ ਦਲ ਛੱਡਣ ਦੀ ਵਜ੍ਹਾ ਕੀ ਸੀ? ਕਾਲੀ ਦਲ ਛੱਡਣ ਤੋਂ ਬਾਅਦ ਕੀ ਤੁਸੀਂ ਕਾਂਗਰਸ ਵੀ ਜੁਆਇਨ ਕੀਤੀ ਸੀ ਜਾਂ ਆਮ ਆਦਮੀ ਪਾਰਟੀ ਦੇ ਸਿੱਧੇ ਹੀ ਨਹੀਂ ਅਸੀਂ ਕਾਂਗਰਸ ਚੋਂ ਜੁਆਇਨ ਕੀਤੀ ਸੀ ਉਸ ਤੋਂ ਬਾਅਦ ਜਿਹੜੇ ਦਸੂਹੇ ਤੋਂ ਡੋਗਰਾ ਸਾਹਿਬ ਇਹਨਾਂ ਦੀ ਇੱਛਾ ਸ਼ਕਤੀ ਤੋਂ ਇਸ ਗੱਲ ਤੋਂ ਪਤਾ ਲੱਗ ਜਾਂਦਾ ਸੀ ਕਿ ਇਹਨਾਂ ਨੇ ਪੰਜਾਂ ਸਾਲਾਂ ਦੇ ਵਿੱਚ ਇੱਕ ਵੀ ਸਵਾਲ ਵਿਧਾਨ ਸਭਾ ਦੇ ਵਿੱਚ ਨਹੀਂ ਚੁੱਕਿਆ ਦਸੂਹੇ ਹਰਖੇ ਦਾ ਤੇ ਉੱਥੇ ਜਾ ਕੇ ਕੀ ਬੋਲੇ ਕੀ ਨਹੀਂ ਬੋਲੇ ਉਹਦਾ ਫਰਕ ਦਸੂਹੇ ਦੇ ਲੋਕਾਂ ਨੂੰ ਪਿਆ ਆਮਦਰ ਬੰਦੇ ਕਿਸੇ ਵਿੱਚ ਅੱਖ ਨਾਲ ਅੱਖ ਪਾ ਕੇ ਗੱਲ ਕਰ ਸਕਦੇ ਤੇ ਬੇਈਮਾਨ ਬੰਦੇ ਜਿਹੜੇ ਕੋ ਇਕੱਠੇ ਹੋਏ ਨੇ ਇਹ ਕਿਸੇ ਨੂੰ ਰੋਕ ਨਹੀਂ ਸਕਦੇ ਕ腐ਸ਼ਨ ਕਰਨ ਤੋਂ ਬੇਈਮਾਨੀ ਕਰਨ ਤੋਂ ਰੋਕ ਨਹੀਂ ਸਕਦੇ ਕਿਉਂਕਿ ਆਪ ਰਲੇ ਹੋਏ ਆ ਕੱਲ ਸੀਐਮ ਸਾਹਿਬ ਤਲਵਾੜੇ ਦੇ ਵਿੱਚ ਆਏ ਸੀ ਉਹ ਆਮ ਇਨਸਾਨ ਦਾ ਸਾਰੇ ਨੇ ਉੱਤੇ ਚਿਹਰਾ ਵੇਖਿਆ ਕਿੰਨਾ ਕ ਆਮ ਇਨਸਾਨ ਸੀ ਸਵੇਰੇ ਦੇ ਰਸਤੇ ਬੰਦ ਕੀਤੇ ਹੋਏ ਸੀ 3 ਵਜੇ ਦਾ ਉਹਨਾਂ ਦਾ ਪ੍ਰੋਗਰਾਮ ਸੀ 4:30 ਵਜੇ ਉਹ ਆਏ ਆ ਤੇ ਤਕਰੀਬਨ ਸਵੇਰੇ 9 ਵਜੇ ਉਹਨਾਂ ਨੇ ਰਸਤੇ ਬਲੌਕ ਕਰਤੇ ਆਮ ਬੰਦਾ ਇਹ ਰਸਤੇ ਇਹ ਲੋਕਾਂ ਦੇ ਬੰਦ ਕਰਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਪ੍ਰੀਤ ਤੇ ਤੁਹਾਡਾ ਸਭ ਦਾ ਸਵਾਗਤ ਹੈ ਕੌਣ ਬਣੇਗਾ ਐਮਐਲਏ ਪ੍ਰੋਗਰਾਮ ਵਿੱਚ ਤੇ ਅੱਜ ਸਾਡੀ ਟੀਮ ਪਹੁੰਚ ਚੁੱਕੀ ਹੈ ਹਲਕਾ ਦਸੂਏ ਵਿੱਚ ਜਿੱਥੇ ਅਸੀਂ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਰਨਵੀਰ ਗੁੰਮਨ ਜੀ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਸਾਰੇ ਤੁਹਾਡੇ ਚੈਨਲ ਨੂੰ ਵੇਖ ਰਹੇ ਸਾਰੀ ਸੰਗਤ ਦਾ ਜਿਨ੍ਹਾਂ ਨੇ ਇਹ ਸਾਡਾ ਇੰਟਰਵਿਊ ਲੈਣ ਵਾਸਤੇ ਤੁਸੀਂ ਇੱਥੇ ਪਹੁੰਚੇ ਹੋ ਤੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰ ਦਿੰਦਾ ਹਾਂ ਕਿਹੋ ਜਿਹਾ ਚੱਲ ਰਿਹਾ ਚੋਣ ਪ੍ਰਚਾਰ ਕਿਹੋ ਜਿਹਾ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਚੋਣ ਪ੍ਰਚਾਰ ਬਹੁਤ ਵਧੀਆ ਜੀ ਬਹੁਤ ਲੋਕ ਉਤਸ਼ਾਹ ਦੇ ਨਾਲ ਸਾਡਾ ਹਰ ਥਾਂ ਤੇ ਸਵਾਗਤ ਕਰ ਰਹੇ ਆ ਹਰ ਜਗ੍ਹਾ ਤੇ ਬਹੁਤ ਵਧੀਆ ਰੁਝਾਨ ਦੇਖਣ ਨੂੰ ਮਿਲ ਰਿਹਾ ਲੋਕ ਚਾਹੁੰਦੇ ਆ ਕਿ ਇਸ ਵਾਰ ਅਸੀਂ ਬਦਲਾ ਕਰਕੇ ਚੰਗੀ ਪਾਰਟੀ ਆਮ ਲੋਕਾਂ ਦੀ ਪਾਰਟੀ ਅੱਗੇ ਲੈ ਕੇ ਆਈ ਜਾਵੇ ਜੇ ਇੱਕ ਤਾਂ ਗੱਲ ਕੀਤੀ ਜਾਵੇ ਤੇ ਇੱਕ ਨਾਰਾ ਬਹੁਤ ਚੱਲ ਰਿਹਾ ਆ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਦਸੂਏ ਹਲਕੇ ਦੇ ਲੋਕਾਂ ਦੇ ਕਿੰਨੇ ਮਸਲੇ ਹੱਲ ਹੋਏ ਇਹ ਮੇਰੇ ਨਾਲੋਂ ਜ਼ਿਆਦਾ ਤਾਂ ਦਸੂਏ ਦੇ ਲੋਕ ਦੱਸ ਸਕਦੇ ਆ ਕਿ ਕਿੰਨੇ ਕੁ ਮਸਲੇ ਹੱਲ ਹੋਏ ਨੇ ਜਿਹੜੇ ਵੀ ਪ੍ਰੋਮਿਸ ਕਾਂਗਰਸ ਦੀ ਸਰਕਾਰ ਨੇ ਪਿਛਲੇ 5 ਸਾਲ ਦੇ ਵਿੱਚ ਕੀਤੇ ਸੀ ਉਹਦੇ ਵਿੱਚੋਂ ਇੱਕ ਵੀ ਪ੍ਰੋਮਿਸ ਇਸ ਸਰਕਾਰ ਨੇ ਪੂਰਾ ਨਹੀਂ ਕੀਤਾ ਹੁਣ ਤਾਂ ਸਿਰਫ ਇਹ ਜਿਹੜੇ ਨਾਰੇ ਆ ਸਿਰਫ ਨਾਰੇ ਰਹਿ ਗਏ ਆ ਤੇ ਲੋਕ ਇਹਦਾ ਜਵਾਬ ਜਿਹੜਾ ਆਉਣ ਵਾਲੀ 20 ਤਰੀਕ ਨੂੰ ਵੋਟ ਪਾ ਕੇ ਦੇਣਗੇ ਤੇ ਉਸ ਤੋਂ ਬਾਅਦ ਜਿਹੜਾ ਰਿਜ਼ਲਟ ਆਊਗਾ ਆਪ ਹੀ ਪਤਾ ਲੱਗ ਜੂਗਾ ਕਿ ਕਿਹਦੀ ਗੱਲ ਚੱਲੀ ਆ ਤੇ ਕਿਹਦੀ ਨਹੀਂ ਚੱਲੀ ਜੀ ਇੱਕ ਪਾਸੇ ਮਿੱਕੀ ਡੋਗਰਾ ਜਿਨ੍ਹਾਂ ਦਾ ਜ਼ਿਕਰ ਪਰਿਵਾਰ ਦੇਖਿਆ ਜਾਵੇ ਤਾਂ ਰਾਜਨੀਤਿਕ ਪਰਿਵਾਰ ਵਿੱਚੋਂ ਆਉਂਦੇ ਨੇ ਦੂਜੇ ਪਾਸੇ ਦੇਖਿਆ ਜਾਵੇ ਤੇ ਬਸਪਾ ਦੇ ਜਿਹੜੇ ਉਮੀਦਵਾਰ ਅਸ਼ੀਸ਼ ਕੁਮਾਰ ਪਿੰਕੀ ਇੱਕ ਵਧੀਆ ਬਿਜ਼ਨਸਮੈਨ ਵੱਲੋਂ ਲੋਕਾਂ ਦੇ ਵਿੱਚ ਨਾਮ ਜਾਣਿਆ ਜਾਂਦਾ ਉਹਨਾਂ ਦਾ ਤੁਸੀਂ ਉਹਨਾਂ ਨੂੰ ਆਪਣੇ ਆਪ ਨੂੰ ਕਿੱਥੇ ਦੇਖਦੇ ਇਸ ਮੈਦਾਨ ਦੇ ਵਿੱਚ ਅਸੀਂ ਬਹੁਤ ਲੰਬੇ ਸਮੇਂ ਤੋਂ ਸਾਡਾ ਪਰਿਵਾਰ ਮੇਰੇ ਫਾਦਰ ਸਾਹਿਬ ਗਰਾਊਂਡ ਲੈਵਲ ਤੇ ਸਮਾਜ ਸੇਵਾ ਦਾ ਕੰਮ ਕਰ ਰਹੇ ਲੋਕਾਂ ਦੀ ਸੇਵਾ ਕਰ ਰਹੇ ਠੀਕ ਹੈ ਹਰ ਪਾਰਟੀ ਨੇ ਆਪਣੇ ਉਮੀਦਵਾਰ ਦਿੱਤੇ ਨੇ ਅਸੀਂ ਕਿਸੇ ਬਾਰੇ ਤਾਂ ਕੀ ਕਹਿ ਸਕਦੇ ਹਾਂ ਅਸੀਂ ਆਪਣੀ ਲਾਈਨ ਲੰਬੀ ਕਰੀਦੀ ਹਮੇਸ਼ਾ ਕਿਸੇ ਦੀ ਲਾਈਨ ਕੱਟਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ ਆਪਣੀ ਲਾਈਨ ਲੰਬੀ ਰੱਖ ਕੇ ਆਪਣੀ ਜਿਹੜੀ ਲੜਾਈ ਆ ਲੋਕਾਂ ਦੇ ਹੱਕਾਂ ਵਾਸਤੇ ਲੜੀ ਦੀ ਤੇ ਲੋਕਾਂ ਦੇ ਕੰਮਾਂ ਵਾਸਤੇ ਲੜੀਏ ਲੋਕਾਂ ਦੇ ਕੰਮ ਕੀਤੇ ਨੇ ਉਹਦੇ ਕਰਕੇ ਅਸੀਂ ਜੇ ਅੱਜ ਇੱਥੇ ਤੱਕ ਪਹੁੰਚੇ ਆ ਤੇ ਆਮ ਲੋਕ ਜਿਹੜੇ ਸਾਡੇ ਨਾਲ ਨੇ ਉਹਨਾਂ ਦੀ ਬਦੌਲਤ ਅਸੀਂ ਇੱਥੇ ਤੱਕ ਪਹੁੰਚੇ ਆ ਦਸੂਹੇ ਦੀ ਸੰਗਤ ਸਾਡਾ ਹਮੇਸ਼ਾ ਸਾਥ ਦਿੰਦੀ ਆ ਉਹਨਾਂ ਦੀ ਬਦੌਲਤ ਹਰੇਕ ਲੜਾਈ ਸਾਨੂੰ ਸੌਖੀ ਲੱਗਦੀ ਆ ਤੇ ਇਸ ਲੜਾਈ ਦੇ ਵਿੱਚ ਵੀ ਉਹਨਾਂ ਨੇ ਸਾ ਤੇ ਜਿਹੜੀ ਅਗਲੀ ਲੜਾਈ ਆ 20 ਤਰੀਕ ਵਾਲੀ ਉਹ ਵੀ ਅਸੀਂ ਪੂਰੀ ਵਧੀਆ ਤਰੀਕਾ ਨਾਲ ਲੋਕਾਂ ਦੇ ਸਹਿਯੋਗ ਨਾਲ ਜਿੱਤਾਂਗੇ ਤੁਸੀਂ ਲੋਕਾਂ ਵਿੱਚ ਘੁੰਮਦੇ ਹੋਣਗੇ ਲੋਕ ਤੁਹਾਨੂੰ ਮਿਲਦੇ ਹੋਣਗੇ ਮੁੱਖ ਮੁੱਦੇ ਕੀ ਨੇ ਜਿਹੜੇ ਦਸੂਏ ਦੇ ਜਿਹੜੇ ਤੁਹਾਨੂੰ ਆ ਕੇ ਲੋਕ ਦੱਸਦੇ ਨੇ ਸਮੱਸਿਆਵਾਂ ਕੀ ਨੇ ਦਸੂਏ ਵਿੱਚ ਹਰ ਹਲਕੇ ਦੇ ਵਿੱਚ ਜਿੱਦਾਂ ਕੋਈ ਨਾ ਕੋਈ ਸਮੱਸਿਆ ਹੈਗੀ ਹਰ ਜਿੱਦਾਂ ਸਾਡਾ ਦਸੂਹਾ ਹਲਕਾ ਬਹੁਤ ਪਾਰਟਸ ਦੇ ਵਿੱਚ ਵੰਡਿਆ ਹੋਇਆ ਕੰਡੀ ਇਲਾਕਾ ਬੇਟ ਇਲਾਕਾ ਸਿਟੀ ਤਰਵਾੜਾ ਸਿਟੀ ਸਾਡਾ ਮੀਡਲ ਕੰਡੀ ਹਰ ਇਲਾਕੇ ਦੇ ਵਿੱਚ ਵੱਖਰੀ ਵੱਖਰੀ ਸਮੱਸਿਆ ਜਿੱਦਾਂ ਬੇਟ ਦੇ ਵਿੱਚ ਇਹ ਗੱਲ ਵੇਲੇ ਸੇਮ ਦੀ ਸਮੱਸਿਆ ਚੱਲ ਰਹੀ ਅਸੀਂ ਸਾਨੂੰ ਕਿਸਾਨ ਭਰਾ ਦੱਸਦੇ ਸਾਰੇ ਸ਼ਹਿਰ ਦੇ ਵਿੱਚ ਅਜੇ ਤੱਕ ਅਸੀਂ ਗਲੀਆਂ ਨਾਲੀਆਂ ਦੇ ਵਿੱਚ ਉਲਝੇ ਹੋਏ ਆਂ ਕੰਡੀ ਦੇ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਹੈ ਹੈਲਥ ਸਿਸਟਮ ਹੈ ਨਹੀਂ ਗਾ ਕੋਈ ਉਹਦੀ ਸਮੱਸਿਆ ਹੈ ਸਕੂਲ ਹੈ ਨਹੀਂ ਗੇ ਪਾਣੀ ਦੀ ਸਮੱਸਿਆ ਹੈ ਐਜੂਕੇਸ਼ਨ ਜਿਹੜੇ ਲੋਕ ਸਾਡੇ ਪੜ ਰਹੇ ਆ ਉਹਨਾਂ ਨੂੰ ਬੇਰੁਜ਼ਗਾਰੀ ਇੰਨੀ ਹੋ ਗਈ ਰੁਜ਼ਗਾਰ ਨਹੀਂ ਮਿਲ ਰਿਹਾ ਇਹ ਸਾਰੀਆਂ ਸਮੱਸਿਆਵਾਂ ਸਾਡੇ ਕੰਢੀ ਦੇ ਉੱਪਰਲੀ ਬੈਲਟ ਦੇ ਵਿੱਚ ਹੈਗੇ ਇਸ ਕਰਕੇ ਬੱਕਰੀਆਂ-ਬੱਕਰੀਆਂ ਸਮੱਸਿਆ ਆਉਣੀ ਜਿਹਨਾਂ ਦਾ ਅਜੇ ਤੱਕ ਕਿਸੇ ਵੀ ਸਰਕਾਰ ਨੇ ਹੱਲ ਨਹੀਂ ਕੀਤਾ। ਕਰਨ ਵੀਰ ਜੀ ਤੁਸੀਂ ਮੌਜੂਦਾ ਵਿਧਾਇਕ ਮिक्की ਡੋਗਰਾ ਦੇ ਖਿਲਾਫ ਕਾਫੀ ਐਗਰੈਸਿਵ ਰਹਿੰਦੇ ਹੋ। ਪਿਛੇ ਜੇ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਉਹਨਾਂ ਨੇ ਕਿਸਾਨਾਂ ਦੀ ਜਿਹੜੀ ਕੰਢਿਆਲੀ ਧਾਰ ਖਾ ਲਈ ਜਾਂ ਇਸ ਤੋਂ ਪਹਿਲਾਂ ਕਿ ਮਾਈਨਿੰਗ ਦੇ ਵੀ ਉਹਨਾਂ ਦੇ ਉੱਤੇ ਰੋਪ ਲੱਗਦੇ ਰਹੇ। ਕੀ ਕਹੋਗੇ ਸਰ? ਮੈਂ ਕਿਸੇ ਦੇ ਆਪਾਂ ਨਿੱਜੀ ਖਿਲਾਫ ਨਹੀਂ ਹੁੰਦੇ। ਜਦੋਂ ਲੋਕ ਜਾਂ ਜਿਹੜੇ ਲੀਡਰ ਜਿਨ੍ਹਾਂ ਨੂੰ ਅਸੀਂ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਭੇਜਿਆ ਹੁੰਦਾ ਉਹਨਾਂ ਦੀ ਡਿਊਟੀ ਹੁੰਦੀ ਹੱਕਾਂ ਦੀ ਰਾਖੀ ਕਰਨੀ ਤੇ ਜਦੋਂ ਚੁਣੇ ਹੋਏ ਨਮਾਇंदे ਲੋਕਾਂ ਦੇ ਹੱਕ ਮਾਰਨ ਫਿਰ ਸੁਭਾਵਿਕ ਤੌਰ ਤੇ ਕਿਸੇ ਨਾ ਕਿਸੇ ਨੂੰ ਤਾਂ ਬੋਲਣਾ ਪਊਗਾ ਜੇ ਅਸੀਂ ਨਾ ਬੋਲਾਂਗੇ ਤੇ ਲੀਡਰ ਜਿਹੜੇ ਸਾਨੂੰ ਸਦਾ ਲੁੱਟ ਰਹੇ ਆ ਸਦਾ ਖਾ ਰਹੇ ਆ ਉਹਨਾਂ ਦਾ ਹੌਸਲੇ ਹੋਰ ਵਧਣਗੇ ਇਸ ਕਰਕੇ ਜਿਹੜੇ ਉਹ ਕੰਡਿਆਲੀ ਤਾਰ ਦਾ ਰੋਲਾ ਸੀਗਾ ਉਹ ਅਸੀਂ ਪੂਰਾ ਆਰਟੀਆਈ ਦੇ ਵਿੱਚ ਪਾ ਕੇ ਉਹਦਾ ਜਵਾਬ ਮੰਗਿਆ ਸੀ ਉਹਦੇ ਵਿੱਚ ਕਈ ਕਾਂਗਰਸੀਆਂ ਆਗੂਆਂ ਨੇ ਆਮ ਲੋਕਾਂ ਦਾ ਛੋਟੇ ਕਿਸਾਨਾਂ ਦਾ ਛੋਟੇ ਜ਼ਿਮੀਂਦਾਰਾਂ ਦਾ ਹੱਕ ਮਾਰਿਆ ਸੀ ਤੇ ਜਦੋਂ ਉਹਦੀ ਉਹਨਾਂ ਦੀ ਆਵਾਜ਼ ਉਠਾਈ ਆ ਤਾਂ ਮੈਨੂੰ ਨਹੀਂ ਲੱਗਦਾ ਅਸੀਂ ਕੋਈ ਮਾੜਾ ਕੰਮ ਕੀਤਾ ਘੱਟੋ ਘੱਟ 48 ਲੱਖ ਰੁਪਇਆ ਇਹਨਾਂ ਦੇ ਕਾਂਗਰਸੀ ਆਗੂਆਂ ਦੇ ਖਾਤਿਆਂ ਦੇ ਵਿੱਚ ਗਿਆ ਸੀ ਬੜੇ ਵੱਡੇ ਵੱਡੇ ਚਿਹਰੇ ਆਪਾਂ ਨੰਗੇ ਕੀਤੇ ਸੀ ਜਿਹੜੇ ਆਪਣੇ ਆਪ ਨੂੰ ਹੁਣ ਇਸ ਵੇਲੇ ਵਧੀਆ ਲੀਡਰ ਕਹਾ ਰਹੇ ਆ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਮ ਲੋਕਾਂ ਦਾ ਹੱਕ ਮਾਰਿਆ ਸੀ ਤੇ ਮੈਨੂੰ ਨਹੀਂ ਲੱਗਦਾ ਕਿ ਜੇ ਆਮ ਲੋਕਾਂ ਦੀ ਕੋਈ ਗੱਲ ਕਰੀਓ ਉਹਦੇ ਵਿੱਚ ਮਾੜੀ ਗੱਲ ਹੈ ਮਾਈਨਿੰਗ ਦੇ ਵਿੱਚ ਵੀ ਤੁਸੀਂ ਆਪ ਵੇਖ ਲਓ ਪੰਜ ਕ੍ਰੈਸ਼ਰ ਇਸ ਵੇਲੇ ਚੱਲ ਰਿਹਾ ਉਹ ਸਾਰੇ ਹੀ ਸਾਡੇ ਵਿਧਾਇਕ ਸਾਹਿਬ ਦੀ ਨਿਗਾਹ ਦੇ ਥੱਲੇ ਚੱਲ ਰਹੇ ਆ ਤੇ ਜੇ ਕਹਿੰਦੇ ਆ ਕਿ ਮੈਂ ਮਾਈਨਿੰਗ ਬੰਦ ਕਰਵਾਉਣ ਦੀ ਬੜੀਆਂ ਕੋਸ਼ਿਸ਼ਾਂ ਕੀਤੀਆਂ ਤੋ ਇਹ ਦੱਸ ਦੇਣਾ ਅਜੇ ਤੱਕ ਕਿ ਮੈਂ ਕਿਹੜੀ ਕੋਸ਼ਿਸ਼ ਕੀਤੀ ਆ ਪੰਜਾਂ ਸਾਲਾਂ ਦੇ ਵਿੱਚ ਮਾਈਨਿੰਗ ਬੰਦ ਕਰਾਉਣ ਵਾਸਤੇ ਸਿਰਫ ਇਹ ਲੋਕਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਇਹ ਹੀ ਆ ਕਿ ਹਰ ਵਾਰੀ ਗੁੰਮਰਾਹ ਕਰਕੇ ਵੋਟ ਲਾ ਜੀ ਪਰ ਲੋਕ ਇਸ ਵੇਲੇ ਜੋ ਇਹਨਾਂ ਦੇ ਹਾਲਾਤ ਨੇ ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਹਾਲਾਤ ਇਹਨਾਂ ਦੇ ਬਹੁਤ ਮਾੜੇ ਹੋਏ ਪਏ ਨੇ ਤੇ ਹੁਣ ਬਸ ਆਪਣਾ ਪਾਸਾ ਬਚਾਉਣ ਨੂੰ ਫਿਰਦੇ ਆ ਜੀ ਜੇਕਰ ਵਿਦਾਇਗੀ ਦੀ ਗੱਲ ਕੀਤੀ ਜਾਵੇ ਜੋ ਦੋਨਾਂ ਨਾਲ ਗੱਲਬਾਤ ਕੀਤੀ ਗਈ ਉਹ ਕਹਿੰਦੇ ਕਿ ਕਰਨ ਵੀਰ ਹੁਣਾਂ ਦੇ ਤਾਂ ਆਪਣੀਆਂ ਚਾਰ ਪੰਜ ਮੋਟਰਾਂ ਨੇ ਕਿ ਅਸੀਂ ਨਹੀਂ ਸਬਸਿਡੀ ਲੈ ਸਕਦੇ ਜਿਹੜੇ ਕਾਂਗਰਸ ਵਰਕਰ ਉਹ ਸਬਸਿਡੀ ਹੋਰ ਚੀਜ਼ ਹੁੰਦੀ ਹੈ ਜੀ ਇਹ ਸਬਸਿਡੀ ਹੋਰ ਹੋਰ ਚੀਜ਼ ਹੁੰਦੀ ਹੈ ਇਹਨੇ ਇਹ ਪੰਜ ਸਾਲ ਹੀ ਵਿਧਾਇਕ ਰਹੇ ਨੇ ਇਹਨਾਂ ਦੇ ਫਾਦਰ ਸਾਹਿਬ ਵੀ ਵਿਧਾਇਕ ਰਹੇਗੇ ਇਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਅਜੇ ਤੱਕ ਮੈਨੂੰ ਲੱਗਦਾ ਪੂਰੀ ਨੌਲੇਜ ਨਹੀਂ ਹੈਗੀ ਕਿ ਉਹ ਸਬਸਿਡੀ ਸਾਰੇ ਕਿਸਾਨਾਂ ਨੂੰ ਮੇਰੀ ਮੇਰੇ ਇਕੱਲੇ ਪਰਿਵਾਰ ਨੂੰ ਜਾਂ ਮੈਂ ਇਹ ਕੱਲਾ ਇਨਵਿਜੂਲੀ ਨਹੀਂ ਉਹ ਸਬਸਿਡੀ ਲੈ ਰਿਆ ਜੇ ਸਾਰੇ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਲੱਗ ਜਾਣਗੇ ਸਾਨੂੰ ਵੀ ਲੱਗ ਜਾਣਗੇ ਉਹ ਮੈਂ ਸਾਡੇ ਕੋਲ ਮੈਂ ਕੱਲਾ ਜੇ ਬਿੱਲ ਦੇਣਾ ਵੀ ਚਾਹਾਂ ਤਾਂ ਮੇਰਾ ਬਿੱਲ ਉਹ ਕਿੱਦਾਂ ਲੈਣਗੇ ਇਹ ਇਸ ਗੱਲ ਦਾ ਵਿਧਾਇਕ ਸਾਹਿਬ ਨੂੰ ਨੌਲੇਜ ਨਹੀਂ ਸੀ ਉਹ ਜਿਹੜੀ ਦੂਸਰੀ ਸਬਸਿਡੀ ਸੀ ਉਹ ਲੋਕਾਂ ਨੇ ਫਾਰਮ ਭਰੇ ਆ ਕਿ ਆਪਾਂ ਸਬਸਿਡੀ ਲੈਣ ਵਾਸਤੇ ਜਿਹੜੀ ਕੰਡਿਆਲੀ ਤਾਰਦੇ ਉਹ ਛੋਟੇ ਕਿਸਾਨਾਂ ਨੇ ਫਾਰਮ ਭਰੇ ਆ ਫਾਈਲਾਂ ਭਰ-ਭਰ ਕੇ ਦਿੱਤੀਆਂ ਤੇ ਉਹ ਸਕੀਮ ਆਈ ਸੀ ਇਹ ਕੋਈ ਸਕੀਮ ਥੋੜੀ ਹੈ ਇਹਨਾਂ ਨੂੰ ਇਸ ਗੱਲ ਦੀ ਨੌਲੇਜ ਘੱਟ ਹੈ ਜੀ ਇਹ ਕਰਨਵੀਰ ਜੀ ਤੁਹਾਡੇ ਪਰਿਵਾਰ ਦਾ ਪਿਛੋਕਰ ਦੇਖਿਆ ਜਾਵੇ ਤੇ ਕਾਫੀ ਲੰਬਾ ਸਮਾਂ ਤੁਸੀਂ ਵੀ ਅਕਾਲੀ ਦਲ ਦੇ ਵਿੱਚ ਗੁਜ਼ਾਰਿਆ ਅਕਾਲੀ ਦਲ ਛੱਡਣ ਦੀ ਵਜ੍ਹਾ ਕੀ ਸੀ ਅਸੀਂ ਸਦਾ ਅਕਾਲੀ ਦਲ ਦੇ ਨਾ ਆ ਰਹੇ ਹਾਂ ਅਕਾਲੀ ਦਲ ਨੂੰ ਵੋਟ ਪਾਈ ਹੈ ਹਮੇਸ਼ਾ ਇਹ ਅਕਾਲੀ ਦਲ ਦੀ ਆਵਾਜ਼ ਬਲੰਦ ਕੀਤੀ ਹੈ ਤੇ ਦਸੂਹੇ ਦੇ ਵਿੱਚ ਅਸੀਂ ਅਕਾਲੀ ਦਲ ਨੂੰ ਪੂਰਾ ਸਟੈਂਡ ਕਰਕੇ ਰੱਖਿਆ ਤੇ ਹੁਣ ਤੁਸੀਂ ਵੇਖ ਲਓ ਜਦੋਂ ਦਾ ਅਸੀਂ ਅਕਾਲੀ ਦਲ ਛੱਡ ਕੇ 2015 ਚ ਅਸੀਂ ਛੱਡੇ ਅਜ ਤੇ ਉਸ ਤੋਂ ਬਾਅਦ ਹਾਲਾਤ ਵੇਖ ਲਓ ਜਿੰਨੀਆਂ ਵੀ ਮਿਸਪੈਲਟੀ ਦੀਆਂ ਜਾਂ ਬਲੌਕ ਸੰਵਤੀ ਦੀਆਂ ਇਲੈਕਸ਼ਨਾਂ ਹੋਈਆਂ ਇਨਾਂ ਦੇ ਹਾਲਾਤ ਤੁਸੀਂ ਆਪ ਦੇਖ ਸਕਦੇ ਹੋ। ਅਕਾਲੀ ਦਲ ਛੱਡਣ ਦਾ ਰੀਜ਼ਨ ਇਹ ਹੈ ਕਿ ਜਦੋਂ ਤੱਕ ਅਸੀਂ ਆਮ ਲੋਕਾਂ ਦੀ ਆਮ ਵਰਕਰਾਂ ਦੀ ਆਵਾਜ਼ ਨਹੀਂ ਬੁਲੰਦ ਕਰਦੇ ਜਦੋਂ ਵਰਕਰਾਂ ਦੀ ਸੁਣਵਾਈ ਨਹੀਂ ਹੋਗੀ ਪਾਰਟੀਆਂ ਦੇ ਵਿੱਚ ਤਾਂ ਫਿਰ ਸੁਭਾਵਿਕ ਤੌਰ ਤੇ ਕਈ ਵਾਰੀ ਸਖਤ ਫੈਸਲੇ ਲੈਣੇ ਪੈਂਦੇ ਆ ਤੇ ਜੇ ਅਸੀਂ ਕੰਮ ਕਰਦਿਆਂ ਲੋਕਾਂ ਦੇ ਵਾਸਤੇ ਜੇ ਲੋਕ ਸਾਨੂੰ ਕੰਮ ਕਹਿਣਗੇ ਕੰਮ ਨਾ ਹੋਣਗੇ ਉਹਨਾਂ ਵਰਕਰਾਂ ਦੀ ਪੁਛਪੜਤੀ ਇਤਨੀ ਹੋਗੀ ਜਿਹੜੇ ਸਾਡੇ ਵਾਸਤੇ ਸਾਰੀ ਦਿਹਾੜੀ ਝੰਡੇ ਚੁੱਕਦੇ ਆ ਤਾਂ ਜੇ ਉਹਨਾਂ ਦੀ ਸਮਾਈ ਨਹੀਂ ਤਾਂ ਫਿਰ ਉਸ ਪਾਰਟੀ ਦੇ ਬ੍ਰੈਂਡ ਦਾ ਸਾਡਾ ਕੋਈ ਵਧੀਆ ਨਹੀਂ ਲੱਗਦਾ ਕਿ ਆਪਾਂ ਉਹ ਦੁਬਾਰਾ ਉਹਨਾਂ ਪਾਰਟੀਆਂ ਦੇ ਵਿੱਚ ਦੁਬਾਰਾ ਅਸੀਂ ਵੀ ਝੰਡੇ ਚੁੱਕੀ ਜਾਈਏ ਤੇ ਲੋਕਾਂ ਦੇ ਨਾਲ ਸਾਨੂੰ ਰਹਿਣਾ ਪਊਗਾ ਜੇ ਲੋਕ ਜੋ ਕਹਿੰਦੇ ਆ ਜੋ ਦਸੂਵੇ ਦੀ ਸੰਗਤ ਸਾਨੂੰ ਕਹਿੰਦੀ ਅਸੀਂ ਉਹਨਾਂ ਦੇ ਜੋ ਕਹਿੰਦੇ ਅਸੀਂ ਉਹਨਾਂ ਦੀ ਗੱਲ ਤੇ ਪੈਰ ਆ ਦਈਦਾ ਅਕਾਲੀ ਦਰ ਛੱਡਣ ਤੋਂ ਬਾਅਦ ਕੀ ਤੁਸੀਂ ਕਾਂਗਰਸ ਵੀ ਜੁਆਇਨ ਕੀਤੀ ਸੀ ਜਾਂ ਆਮ ਆਦਮੀ ਪਾਰਟੀ ਦੇ ਸਿੱਧੇ ਹੀ ਅਗਰ ਨਹੀਂ ਅਸੀਂ ਕਾਂਗਰਸ ਤੋਂ ਜੋ ਜੁਆਇਨ ਕੀਤੀ ਸੀ ਉਸ ਤੋਂ ਬਾਅਦ ਅਸੀਂ ਇੰਡੀਪੈਂਡੈਂਟ ਇਲੈਕਸ਼ਨ ਲੜੀਏ ਮੇਰੇ ਫਾਦਰ ਸਾਹਿਬ ਨੇ ਲੋਕਾਂ ਨੇ ਸਤਿਕਾਰ ਦਿੱਤਾ 1000 ਤੇ ਉਸ ਤੋਂ ਬਾਅਦ ਅਸੀਂ ਆਜ਼ਾਦ ਹੀ ਰਹੇ ਹਾਂ 5 ਸਾਲ ਫਿਰ ਅਸੀਂ ਆਮ ਆਦਮੀ ਪਾਰਟੀ ਹੁਣ ਜਦੋਂ ਲਾਸਟ 2020 ਚ ਜੁਆਇਨ ਕਰਕੇ ਤੇ ਪਰਮਾਤਮਾ ਨੇ ਮੌਕਾ ਦਿੱਤਾ ਇਸ ਵੇਲੇ ਦਸੂਏ ਦੀ ਸੰਗਤ ਨੇ ਜਿਹੜੀ ਟਿਕਟ ਆਮ ਆਦਮੀ ਪਾਰਟੀ ਵੱਲੋਂ ਮਿਲੀ ਕਰਮਵੀਰ ਜੀ ਤੁਹਾਡੇ ਤੋਂ ਕੋਈ ਦਸੂਏ ਲਈ ਰੋਡ ਮੈਪ ਹੈ ਕਿ ਕਿਸ ਤਰ੍ਹਾਂ ਜੇ ਤੁਸੀਂ ਜਿੱਤ ਜਾਂਦੇ ਹੋ ਕਿਸ ਤਰ੍ਹਾਂ ਵਿਕਾਸ ਕਰੋਗੇ ਦਸੂਏ ਦਾ ਸਭ ਤੋਂ ਪਹਿਲਾਂ ਤੇ ਜੀ ਇਹ ਰੋਡ ਮੈਪ ਹੀ ਰੋਡ ਮੈਪ ਆ ਸਭ ਤੋਂ ਪਹਿਲਾਂ ਤੇ ਲੀਡਰ ਦਾ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਆ ਉਹਨਾਂ ਦੀ ਆਪਣੀ ਇੱਛਾ ਸ਼ਕਤੀ ਹੋਣੀ ਚਾਹੀਦੀ ਆ ਕੰਮ ਕਰਨ ਦੀ ਕਿ ਮੈਂ ਇਹ ਕੰਮ ਕਰਨ ਦੇ ਨੇ ਅਤੁਸੀ ਆਪਣੇ ਵਿਧਾਇਕ ਸਾਹਿਬ ਜਿਹੜੇ ਦਸੂਹੇ ਤੋਂ ਡੋਗਰਾ ਸਾਹਿਬ ਇਹਨਾਂ ਦੀ ਇੱਛਾ ਸ਼ਕਤੀ ਤੋਂ ਇਸ ਗੱਲ ਤੋਂ ਪਤਾ ਲੱਗ ਜਾਂਦਾ ਸੀ ਕਿ ਇਹਨਾਂ ਨੇ 5 ਸਾਲਾਂ ਦੇ ਵਿੱਚ ਇੱਕ ਵੀ ਸਵਾਲ ਵਿਧਾਨ ਸਭਾ ਦੇ ਵਿੱਚ ਨਹੀਂ ਚੁੱਕਿਆ ਦਸੂਹੇ ਹਲਕੇ ਦਾ ਜੀ ਤੇ ਉੱਥੇ ਜਾ ਕੇ ਕੀ ਬੋਲੇ ਕੀ ਨਹੀਂ ਬੋਲੇ ਉਹਦਾ ਫਰਕ ਦਸੂਹੇ ਦੇ ਲੋਕਾਂ ਨੂੰ ਪਿਆ ਜੇ ਬੋਲੇ ਨਹੀਂ ਤਾਂ ਕੋਈ ਵੀ ਇਸ਼ੂ ਹੈ ਨਹੀਂ ਚੱਕ ਸਕਿਆ ਉੱਤੇ ਇਲਾਕੇ ਦਾ ਇੱਛਾ ਸ਼ਕਤੀ ਹੋਣੀ ਬਹੁਤ ਜ਼ਰੂਰੀ ਹੈ ਇਮਾਨਦਾਰ ਬੰਦੇ ਕਿਸੇ ਵਿੱਚ ਅੱਖ ਨਾਲ ਅੱਖ ਪਾ ਕੇ ਗੱਲ ਕਰ ਸਕਦੇ ਤੇ ਬੇਈਮਾਨ ਬੰਦੇ ਜਿਹੜੇ ਇੱਕੱਠੇ ਹੋਏ ਨੇ ਇਹ ਕਿਸੇ ਨੂੰ ਰੋਕ ਨਹੀਂ ਸਕਦੇ ਕ腐ਸ਼ਨ ਕਰਨ ਤੋਂ ਬੇਈਮਾਨੀ ਕਰਨ ਤੋਂ ਰੋਕ ਨਹੀਂ ਸਕਦੇ ਕਿਉਂਕਿ ਆਪ ਲੜੇ ਹੋਏ ਤੇ ਇਮਾਨਦਾਰ ਹੋਣਾ ਸਭ ਤੋਂ ਵੱਡੀ ਗੱਲ ਹੈ ਇਮਾਨਦਾਰੀ ਹੋਊਗੀ ਤਾਂ ਬਹੁਤ ਸਾਰੇ ਰੋਡ ਮੈਪ ਆ ਬੜੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹ ਦਸੂਏ ਦੀ ਤਰੱਕੀ ਕਰਵਾ ਸਕਦੀਆਂ ਹਨ ਆਮ ਆਦਮੀ ਪਾਰਟੀ ਨੇ ਭਗਮੰਤ ਮਾਨ ਨੂੰ ਸੀਐਮ ਚਿਹਰਾ ਐਲਾਨ ਕਰ ਦਿੱਤਾ ਵਰਕਰਾਂ ਚ ਕਿਹੋ ਜਿਹਾ ਜੋਸ਼ ਆ ਇਹ ਪਹਿਲੀ ਵਾਰ ਹੋਇਆ ਜੀ ਜੇ ਕਿਸੇ ਕਨਵੀਨਰ ਨੇ ਜਾਂ ਪ੍ਰਧਾਨ ਨੇ ਸੀਐਮ ਫੇਸ ਅਨਾਉਂਸ ਕਰਨਾ ਹੋਵੇ ਤੇ ਲੋਕਾਂ ਦੀ رائے ਲਈ ਪਹਿਲੀ ਵਾਰ ਇਸ ਵਾਰ ਆਮ ਆਦਮੀ ਪਾਰਟੀ ਨੇ ਪਹਿਲ ਕੀਤੀ ਹੈ ਨਹੀਂ ਤਾਂ ਤੁਸੀਂ ਆਪ ਵੇਖ ਲਓ ਸਿੱਧਾ ਹੁੰਦੇ ਆ ਲਾਂਚ ਕਰਕੇ ਚੱਲ ਜਾਂਦੇ ਆ ਤੇ ਪਹਿਲੀ ਵਾਰ ਲੋਕਾਂ ਦੀ رائے ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਨੂੰ ਸੀਐਮ ਫੇਸ ਅਨਾਉਂਸ ਕੀਤਾ ਤੇ ਲੋਕਾਂ ਦੀ ਮੰਗ ਵੀ ਇਹ ਰਹੀ ਕਿੰਨੀ ਕਾਲਸ ਕਿੰਨੀਆਂ ਮੈਸੇਜ ਗਏ ਆ ਕਿ ਇਸ ਬੰਦੇ ਨੂੰ ਹੀ ਇਹਦਾ ਹੱਕ ਬਣਦਾ ਜੀ ਇਹਦਾ ਇਹਨੂੰ ਬਣਾਇਆ ਜਾਵੇ ਸੀਐਮ ਫੇਸ ਤੇ ਲੋਕਾਂ ਨੇ ਆਪਣੀ رائے ਦੇ ਨਾਲ ਸੀਐਮ ਫੇਸ ਬਣਾਇਆ ਤੇ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਆ ਤੁਸੀਂ ਰੋਜ਼ ਵੇਖ ਰਹੇ ਹੋ ਕਿੰਨੇ ਕਿੰਨੇ ਵੱਡੇ ਕੱਟ ਹੋ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਉਹ ਇਸੇ ਕਰਕੇ ਹੀ ਆ ਕਿ ਲੋਕ ਉਹਨੂੰ ਪਿਆਰ ਕਰਦੇ ਹੋ ਜਦੋਂ ਸਿੱਧੂ ਸਾਹਿਬ ਨੇ ਇਸ ਦੇ ਖਿਲਾਫ ਆਵਾਜ਼ ਵੀ ਉਠਾਈ ਕਿ ਇੱਕੋ ਹੀ ਸਮੇਂ ਵਿੱਚ ਇੰਨੀਆਂ ਕੋਲਾ ਕਿਵੇਂ ਜਾ ਸਕਦੀਆਂ ਤੇ ਇੱਕ ਹੋਰ ਵੀ ਜਿਹੜਾ ਹੈ ਕਿ ਨਾਰਾ ਬੁਲਾਇਆ ਜਾਂਦਾ ਇੱਕ ਮੌਕਾ ਕੇਂਜਰੀਵਾਲ ਨੂੰ ਇਹ ਘੁੰਮਣ ਨੂੰ ਕਿਉਂ ਨਹੀਂ ਕਰਮਵੀਰ ਘੁੰਮਣ ਨੂੰ ਕਿਉਂ ਨਹੀਂ ਜਾਂ ਭਗਵੰਤ ਮਾਨ ਕਿਉਂ ਨਹੀਂ ਮੌਕਾ ਦਿੱਤਾ ਜਾਵੇ ਨਹੀਂ ਹੁਣ ਜਿਹੜੇ ਜਦੋਂ ਸੀਐਮ ਫੇਸ ਅਨਾਉਂਸ ਹੋਣ ਤੋਂ ਬਾਅਦ ਸਾਰੇ ਜਿਹੜੀਆਂ ਫਲੈਕਸਾਂ ਲੱਗੀਆਂ ਹੋਈਆਂ ਉੱਤੇ ਸਾਰੇ ਇਹ ਲਿਖਿਆ ਹੋਇਆ ਇੱਕ ਮੌਕਾ ਕੇਜਰੀਵਾਲ ਇੱਕ ਮੌਕਾ ਭਗਵੰਤ ਸਿੰਘ ਮਾਨ ਨੂੰ ਤੇ ਅਸੀਂ ਵੀ ਉਹਨਾਂ ਦੀ ਟੀਮ ਦੇ ਮੈਂਬਰ ਆ ਅਸੀਂ ਉਹਨਾਂ ਦੇ ਸਿਪਾਹੀ ਆ ਅੱਗੋਂ ਸਾਡੀ ਵੀ ਅਸੀਂ ਵੀ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਪੈਰਾ ਦੇ ਰਹੇ ਆ ਅਸੀਂ ਵੀ ਉਹਨਾਂ ਦੀ ਜਿਹੜੀ ਸੋਚ ਆ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਆ ਤੇ ਜਿਹੜੇ ਉਹਨਾਂ ਦੇ ਦਿੱਲੀ ਦੇ ਚ ਸਰਕਾਰ ਨੇ ਕੰਮ ਕੀਤੇ ਨੇ ਉਹ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਆ ਇਸ ਕਰਕੇ ਅਸੀਂ ਵੀ ਉਹਨਾਂ ਦੇ ਸਿਪਾਹੀ ਆ ਕੋਈ ਨਹੀਂ ਲੋਕਾਂ ਨੇ ਉਹਨੂੰ ਮੌਕਾ ਦਿੱਤਾ ਤੇ ਸਾਨੂੰ ਮਿਲ ਹੀ ਜਾਣਾ ਆਪਣੇ ਆਪ ਕਾਂਗਰਸ ਨੇ ਵੀ ਆਪਣਾ ਜਿਹੜਾ ਸੀਐਮ ਚਿਹਰਾ ਐਲਾਨ ਕਰ ਦਿੱਤਾ ਚਰਨਜੀਤ ਸਿੰਘ ਚੰਨੀ ਨੂੰ ਸੀਐ ਉਹ ਕਹਿ ਰਹੇ ਕਿ ਉਹ ਵੀ ਆਮ ਆਦਮੀ ਪਾਰਟੀ ਬਾਗ ਇੱਕ ਆਮ ਇਨਸਾਨ ਹੈ ਕੀ ਕਹੋਗੇ ਇਸ ਤੇ ਅ ਕੱਲ ਸੀਐਮ ਸਾਹਿਬ ਤਲਵਾੜੇ ਦੇ ਵਿੱਚ ਆਏ ਸੀਗੇ ਜੀ ਉਹ ਆਮ ਇਨਸਾਨ ਦਾ ਸਾਰਿਆਂ ਨੇ ਉੱਥੇ ਚਿਹਰਾ ਵੇਖਿਆ ਕਿੰਨਾ ਕ ਆਮ ਇਨਸਾਨ ਸੀ ਸਵੇਰ ਦੇ ਰਸਤੇ ਬੰਦ ਕੀਤੇ ਹੋਏ ਸੀ 3 ਵਜੇ ਦਾ ਉਹਨਾਂ ਦੇ ਪ੍ਰੋਗਰਾਮ ਸੀ 4:30 ਵਜੇ ਉਹ ਆਏ ਆ ਜੀ ਤੇ ਤਕਰੀਬਨ ਸਵੇਰੇ 9 ਵਜੇ ਉਹਨਾਂ ਨੇ ਰਸਤੇ ਬਲੌਕ ਕਰਤੇ ਆਮ ਬੰਦਾ ਇਹ ਰਸਤੇ ਨਹੀਂ ਲੋਕਾਂ ਦੇ ਬੰਦ ਕਰਦਾ ਤੇ ਉਹਨਾਂ ਦੇ ਨਾਲ ਗੱਡੀਆਂ ਦਾ ਕਾਫਲਾ ਵੇਖਣਾ ਸੀ ਤੁਸੀਂ ਕਿੰਨਾ ਜੀ ਮੇਰੇ ਤਕਰੀਬਨ 100 ਗੱਡੀ ਹੋਣੀ ਉਹਨਾਂ ਦੇ ਨਾਲ ਜੀ ਤੇ ਜੋ ਲੋਕਾਂ ਦੇ ਉਤੇ ਹਾਲਾਤ ਕੀਤੇ ਉਹ ਤੁਸੀਂ ਆ ਪੰਜ ਮਿੰਟ ਸਿਰਫ ਰੁਕੇ ਆ ਜੀ ਪੰਜ ਜਾਂ 7 ਮਿੰਟ ਰੁਕਣ ਤੋਂ ਬਾਅਦ ਉਹ ਚੱਲ ਗਏ ਤੇ ਪੰਜ 7 ਮਿੰਟ ਵਾਸਤੇ ਸਾਰੇ ਆਮ ਲੋਕਾਂ ਨੂੰ ਤੰਗ ਕੀਤਾ ਉਹ ਉਹ ਤੁਸੀਂ ਆਪ ਦੇਖ ਲਓ ਕਿੰਨਾ ਕੰਮ ਬੰਦਾ ਹੋਊਗਾ ਇਹਨਾਂ ਦਾ ਜਿਹੜਾ ਨੋਮੀਨੇਸ਼ਨ ਫਾਰਮ ਭਰਿਆ ਉਹਦੇ ਚ ਵੀ ਪ੍ਰਾਪਰਟੀ ਦਾ ਜ਼ਿਕਰ ਕੀਤਾ 170 ਕਰੋੜ ਰੁਪਇਆ ਜੀ ਇਹ ਉਹਦੇ ਵਿੱਚ ਮੈਂਸ਼ਨ ਕੀਤਾ ਤੇ ਜੇ ਸਾਰੇ ਇਹੋ ਜਿਹੇ ਆਮ ਬੰਦੇ ਹੋਣ ਤਾਂ ਫਿਰ ਤਾਂ ਬਹੁਤ ਵਧੀਆ ਗੱਲ ਆ ਸਾਰੇ ਆਮ ਬੰਦੇ ਇਹੋ ਜਿਹੇ ਹੋਣੇ ਚਾਹੀਦੇ ਆ ਜੀ ਜੀ ਜੇ ਕਿ 2017 ਦੀ ਗੱਲ ਕਰੀਏ ਤਾਂ ਜੋ 2017 ਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਦਸੂਹੇ ਵਿੱਚ ਸੀ ਉਹ ਅੱਜ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਜਾ ਚੁੱਕਿਆ ਕਿ ਉਹਨਾਂ ਨੂੰ ਮਨਾਉਣ ਦੀ ਕੋਈ ਕੋਸ਼ਿਸ਼ ਕੀਤੀ ਗਈ ਨਹੀਂ ਉਹ ਕੋਈ ਆਮ ਆਦਮੀ ਪਾਰਟੀ ਦੇ ਆਗੂ ਨਹੀਂ ਸੀਗੇ ਉਹਨਾਂ ਨੇ 2000 ਜਦੋਂ ਸਾਡੀ ਇਹ ਇਲੈਕਸ਼ਨ ਹੋਈ ਹੈ ਮਿਸਪਾਲਟੀ ਦੀ ਸਾਰਿਆਂ ਨੇ ਇੰਡੀਪੈਂਡੈਂਟ ਆਪਣੇ ਕੈਂਡੀਡੇਟ ਖੜੇ ਕਿੱਥੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਵੱਲੋਂ ਸਾਈਟ ਤੇ ਕਰ ਦਿੱਤਾ ਗਿਆ ਹੀ ਪਹਿਲਾਂ ਹੀ ਤੇ ਜਿਹੜੇ ਸਾਰੇ ਥੱਲੇ ਲੈਵਲ ਦੇ ਜਿੰਨੇ ਵੀ ਵਰਕਰ ਆ ਸਾਡੇ ਉਹ ਸਾਰੇ ਸਾਡੇ ਨਾਲ ਡਟੇ ਹੋਏ ਆ ਮਿਹਨਤ ਕਰ ਰਹੇ ਆ ਕੰਮ ਕਰ ਰਹੇ ਆ ਇਹ ਕੁਝ ਕੁ ਲੋਕ ਹੁੰਦੇ ਆ ਜਿਹੜੇ ਆਪਣੀ ਨਿੱਜੀ ਕਮਾਂ ਵਾਸਤੇ ਦੂਰ ਦਰਦ ਚੱਲ ਜਾਂਦੇ ਆ ਸਾਨੂੰ ਉਹਨਾਂ ਨਾਲ ਕੋਈ ਫਰਕ ਵੀ ਨਹੀਂ ਪੈਂਦਾ ਤੇ ਤੁਸੀਂ ਵੇਖ ਵੀ ਲਓ ਜਿੱਦਾਂ ਦੇ ਉਹ ਗਏ ਆ ਕੋਈ 1% ਵੀ ਕੇਹਦੇ ਲੋਕਾਂ ਦੇ ਵਿੱਚ ਕੋਈ ਫਰਕ ਨਹੀਂ ਸੋ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਆਮ ਲੋਕ ਸਾਡੇ ਨਾਲ ਆਮ ਵਰਕਰ ਸਾਰੇ ਜਿੰਨੇ ਵੀ ਪਾਰਟੀ ਦੇ ਪੁਰਾਣੇ ਵਰਕਰ ਆ ਸਾਰੇ ਦਿਨ ਰਾਤ ਮਿਹਨਤ ਕਰ ਰਹੇ ਆ ਅਲੱਗ-ਅਲੱਗ ਪਾਰਟੀਆਂ ਤੋਂ ਆ ਕੇ ਲੋਕ ਆਮ ਆਦਮੀ ਪਾਰਟੀ ਵਿੱਚ ਆਏ ਨੇ ਜਿਨ੍ਹਾਂ ਵਿੱਚ ਵੱਡੇ ਚਿਹਰਿਆਂ ਨੂੰ ਟਿਕਟ ਦਿੱਤੀ ਗਈ ਕੁਝ ਲੋਕਾਂ ਵਿੱਚ ਚਰਚਾ ਚੱਲ ਰਹੀ ਜਾਂ ਵਿਰੋਧੀ ਪਾਰਟੀਆਂ ਵੱਲੋਂ ਫਵਾਹ ਵੀ ਫਲਾਈ ਗੇ ਪਿੱਛੇ ਜਿਹੜੇ ਖਬਰ ਦੇਖਿਆ ਜਾਵੇ ਕਿ ਜਿਹੜੀਆਂ ਇਹ ਸੀਟਾਂ ਆ ਪੈਸੇ ਦੇ ਕੇ ਦਿੱਤੀਆਂ ਲਈਆਂ ਗਈਆਂ ਨੇ ਗਰਮਵੀਰ ਨੇ ਵੀ ਪੈਸੇ ਲੈ ਕੇ ਤਾਂ ਪੈਸੇ ਦੇ ਕੇ ਆਮ ਆਦਮੀ ਪਾਰਟੀ ਨੂੰ ਸੀਟ ਲਈ ਜੇ ਪੈਸੇ ਦੇ ਕੇ ਟਿਕਟਾਂ ਦੀ ਗੱਲ ਆਉਂਦੀ ਆ ਤਾਂ ਸ਼ਾਇਦ ਜੇ ਪੈਸੇ ਦੇ ਕੇ ਟਿਕਟਾਂ ਲੈਣੀਆਂ ਹੁੰਦੀਆਂ ਤਾਂ ਮੈਨੂੰ ਨਾ ਮਿਲਦੀ ਫਿਰ ਸਾਡੇ ਤੋਂ ਤਗੜੇ ਬੰਦੇ ਹੋਰ ਬਹੁਤ ਬੈਠੇ ਆ ਇੱਥੇ ਦਸੂਹੇ ਦੇ ਵਿੱਚ ਜਿਹੜੇ ਹੋਰ ਵੀ ਟਿਕਟਾਂ ਮੰਗਦੇ ਸੀ ਫਿਰ ਉਹਨਾਂ ਨੂੰ ਮਿਲ ਨਹੀਂ ਸੀ ਤੇ ਅਸੀਂ ਤਾਂ ਆਮ ਪਰਿਵਾਰ ਦੇ ਵਿੱਚੋਂ ਆਮ ਲੋਕਾਂ ਨੇ ਸਾਡਾ ਸਹਿਯੋਗ ਕੀਤਾ ਤੇ ਕਿਸੇ ਬੰਦੇ ਨੇ ਵੀ ਅੱਜ ਤੱਕ ਨਾ ਸਾਡੇ ਕੋਲ ਚਵਾਨੀ ਮੰਗੀ ਹੈ ਨਾ ਅਸੀਂ ਕਿਸੇ ਨੂੰ ਚਵਾਨੀ ਦਿੱਤੀ ਹੈ ਤੇ ਆਮ ਲੋਕਾਂ ਨੇ ਸਾਡੀ ਮਦਦ ਕੀਤੀ ਸੀ ਮਿਹਨਤ ਕੀਤੀ ਹੈ ਡੇਢ ਦੋ ਸਾਲ ਪੂਰੀ ਡਟ ਕੇ ਤੇ ਉਹਨਾਂ ਦੀ ਮਿਹਨਤ ਕਰਕੇ ਹੀ ਸਾਨੂੰ ਜਿਹੜੀ ਇਹ ਟਿਕਟ ਮਿਲੀ ਹੈ ਜੀ ਚਲੋ ਵੀ ਜੀ ਸਾਡਾ ਫਰਜ਼ ਆ ਲੋਕਾਂ ਦੇ ਸਵਾਲ ਤੁਹਾਡੇ ਤੱਕ ਪਹੁੰਚਾਉਣੇ ਲੋਕਾਂ ਨੂੰ ਜਿਹੜੀ ਅਸਲ ਤਸਵੀਰ ਆ ਉਹ ਦਿਖਾਉਣਾ ਇੱਕ ਤੁਹਾਡੇ ਖਿਲਾਫ ਇੱਕ ਵੀਡੀਓ ਵਾਇਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਤੁਹਾਡੇ ਪਰਿਵਾਰ ਖਿਲਾਫ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਪਰਿਵਾਰ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਇਹਨਾਂ ਦੇ ਕੋਲ ਪੈਸੇ ਲੈ ਕੇ ਮੁਰਕੇ ਪੈਸੇ ਵਾਪਸ ਨਹੀਂ ਕੀਤੇ ਗਏ ਠੀਕ ਹੋ ਗਏ ਤੇ ਹੁਣ ਇਲੈਕਸ਼ਨ ਦਾ ਟਾਈਮ ਆਇਆ ਇਹੋ ਜਿਹੀਆਂ ਚੀਜ਼ਾਂ ਬਹੁਤ ਆਉਣੀਆਂ ਜੀ ਬੜਾ ਕੁਝ ਕੂੜ ਪ੍ਰਚਾਰ ਵਿਰੋਧੀ ਪਾਰਟੀਆਂ ਨੇ ਕਰਨਾ ਹੀ ਕਰਨਾ ਸਾਡੇ ਖਿਲਾਫ ਜੀ ਜੇ ਕਿਸੇ ਦੇ ਕੋਲ ਇਹੋ ਜੇ ਕੋਈ ਡਾਕੂਮੈਂਟ ਹੈਗੇ ਆ ਜਾਂ ਕੋਈ ਕਾਗਜ਼ ਹੈਗੇ ਆ ਜਾਂ ਕੋਈ ਕਿਸੇ ਕੋ ਕੋਈ ਇਹੋ ਜੇ ਪ੍ਰੂਫ ਹੈਗੇ ਆ ਸਾਡੇ ਕੋਲ ਪੈਸੇ ਲੈਣ ਦੇ ਤਾਂ ਸਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਜਿਹੜਾ ਵੀ ਕਾਨੂੰਨ ਸਾਨੂੰ ਸਜ਼ਾ ਦੇਊਗਾ ਅਸੀਂ ਉਹ ਸਜ਼ਾ ਭੁਗਤਣ ਨੂੰ ਤਿਆਰ ਆ ਇਹ ਇਹੋ ਜੇ ਚੀਜ਼ਾਂ ਨਾਲ ਮੈਨੂੰ ਨਹੀਂ ਲੱਗਦਾ ਕਿਸੇ ਦੇ ਕੋਈ ਫਰਕ ਪਊਗਾ ਲੋਕ ਸਭ ਜਾਣਦੇ ਆ ਸਾਨੂੰ ਲੋਕ ਪਿਆਰ ਕਰਦੇ ਆ ਦਸੂਹੇ ਦੇ ਲੋਕਾਂ ਨੂੰ ਸਾਰਾ ਪਤਾ ਅਸੀਂ ਕਿੰਨੇ ਲੋਕਾਂ ਦੇ ਪੈਸੇ ਦੇਣੇ ਆ ਕਿੰਨੇ ਲੈਣੇ ਆ ਉਹ ਕੋਈ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਜਿਹਦੇ ਕੋਲ ਕੋਈ ਹੱਗੇ ਆ ਪ੍ਰੂਫ ਉਹ ਜਰੂਰ ਸਾਡੇ ਖਿਲਾਫ ਕਾਰਵਾਈ ਕਰੋ ਨਾ ਸਾਨੂੰ ਉਸ ਗੱਲ 'ਚ ਕੋਈ 1% ਵੀ ਇਤਰਾਜ਼ ਨਹੀਂ ਹੋਊਗਾ ਜੀ ਕਰਨਵੀਰ ਆ ਬੇ ਇੱਕ ਨੌਜਵਾਨ ਚਿਹਰਾ ਆ ਲੋਕਾਂ ਦੇ ਵਿੱਚ ਤੁਸੀਂ ਘੁੰਮਦੇ ਆ ਲੋਕ ਤੁਹਾਡੇ ਜਿਹੜੇ ਨੌਜਵਾਨ ਜਿਹੜੇ ਦਸੂਏ ਦੇ ਤੁਹਾਨੂੰ ਆ ਕੇ ਮਿਲਦੇ ਹੋਣਗੇ ਬੇਰੁਜ਼ਗਾਰੀ ਇੱਕ ਬਹੁਤ ਵੱਡਾ ਮੁੱਦਾ ਬਣ ਚੁੱਕਾ ਜਿਹੜੇ ਪੰਜਾਬ ਦਾ ਪੜ੍ਹਿਆ ਲਿਖਿਆ ਨੌਜਵਾਨ ਉਹ ਵਿਦੇਸ਼ਾਂ ਨੂੰ ਜਾ ਰਿਹਾ ਆ ਜਾਂ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕਰ ਲਈ ਪਿਛਲੇ ਸਮੇਂ ਦੇ ਵਿੱਚ ਤੇ ਕਿਵੇਂ ਇਹ ਤੁਸੀਂ ਕੀ ਕੀ ਦੇਖਦੇ ਹੋ ਕਿਵੇਂ ਨੌਜਵਾਨਾਂ ਦੇ ਨਾਲ ਤੁਸੀਂ ਅੱਗੇ ਸਾਥ ਦੇਮੋਗੇ ਜਾਂ ਕਿਸ ਤਰ੍ਹਾਂ ਇਸ ਨੂੰ ਬਦਲੋਗੇ ਸਭ ਤੋਂ ਪਹਿਲਾਂ ਤਾਂ ਜੀ ਇਮਾਨਦਾਰ ਸਰਕਾਰ ਹੋਣ ਦਾ ਬਹੁਤ ਜ਼ਰੂਰੀ ਹੈ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਇਮਾਨਦਾਰ ਲੋਕ ਅੱਗੇ ਆਉਣਗੇ ਤਾਂ ਬਹੁਤ ਕੁਝ ਚੇਂਜ ਹੋ ਸਕਦਾ ਜੇ ਬੇਈਮਾਨ ਲੋਕ ਅੱਗੇ ਆਉਣਗੇ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿਸੇ ਤੋਂ ਕੋਈ ਉਮੀਦ ਰੱਖਣੀ ਪਊਗੀ ਇਸ ਵਾਰ ਸਵਾਸਤੇ ਅਸੀਂ ਲੋਕਾਂ ਨੂੰ ਵੀ ਤਦੇ ਹੀ ਅਪੀਲ ਕਰਦੇ ਹਾਂ ਕਿ ਆਮ ਲੋਕਾਂ ਦੀ ਆਮ ਲੋਕਾਂ ਦੀ ਸਰਕਾਰ ਅੱਗੇ ਲੈ ਕੇ ਆਓ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆਓ ਬੇਰੋਜਗਾਰੀ ਐਸ ਵੇਲੇ ਸਭ ਤੋਂ ਵੱਡਾ ਇਸ਼ੂ ਆ ਅਸੀਂ ਜਿਸ ਪਿੰਡ ਦੇ ਵਿੱਚ ਵੀ ਜਾਂਦੇ ਹਾਂ ਲੋਕ ਮਾਵਾਂ ਭੈਣਾਂ ਬਜ਼ੁਰਗ ਸਾਨੂੰ ਇਹ ਕਹਿੰਦੇ ਆ ਵੀ ਰੁਜ਼ਗਾਰ ਦੇ ਸਾਧਨ ਪੈਦਾ ਉਹ ਤਾਂ ਹੀ ਫਾਇਦਾ ਹੋਣਗੇ ਜੇ ਇਮਾਨਦਾਰ ਸਰਕਾਰ ਬਣੂਗੀ ਜੇ ਬੇਈਮਾਨ ਲੋਕ ਅੱਗੇ ਆਉਣਗੇ ਉਹ ਆਮ ਲੋਕਾਂ ਬਾਰੇ ਨਹੀਂ ਸੋਚਣਗੇ ਉਹ ਸਿਰਫ ਆਪਣੀਆਂ ਜੇਬਾਂ ਭਰਨ ਤੱਕ ਸੀਮਤ ਰਹਿਣਗੇ ਤੇ ਨਸ਼ੇ ਵਾਲਾ ਇਸ਼ੂ ਬੜਾ ਵੱਡਾ ਹੈ ਜੀ ਸਾਡੇ ਨੌਜਵਾਨ ਉਹ ਵੀ ਬੇਰੋਜ਼ਗਾਰੀ ਕਰਕੇ ਨਸ਼ੇ ਵੀ ਬੇਰੋਜ਼ਗਾਰੀ ਕਰਕੇ ਹੋ ਰਹੇ ਆ ਕਿ ਜੇ ਸਾਡੇ ਲੀਡਰ ਚੰਗੇ ਹੋਣਗੇ ਤੇ ਸਾਰੀਆਂ ਚੀਜ਼ਾਂ ਰੋਕ ਸਕਦੇ ਆ ਸਭ ਤੋਂ ਵੱਡੀ ਗੱਲ ਹੈ ਕਿ ਸਭ ਬੇਰੋਜ਼ਗਾਰੀ ਦੂਰ ਹੋਗੀ ਤੇ ਨਸ਼ੇ ਬੰਦ ਹੋ ਜਾਣਗੇ ਨਸ਼ੇ ਬੰਦ ਹੋਣਗੇ ਤੇ ਸਾਡਾ ਪੰਜਾਬ ਜਾਂ ਸਾਡਾ ਹਲਕਾ ਤਰੱਕੀ ਕਰੂਗਾ ਇਹ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਇਮਾਨਦਾਰ ਸਰਕਾਰ ਚੁਣੀ ਬਹੁਤ ਜ਼ਰੂਰੀ ਆਖਰੀ ਸਵਾਲ ਦਸੂਏ ਦੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਕੀ ਅਪੀਲ ਕਰਨਾ ਚਾਹੋਗੇ ਦਸੂਏ ਦੇ ਲੋਕਾਂ ਨੂੰ ਦਸੂਏ ਦੇ ਲੋਕਾਂ ਨੂੰ ਤੇ ਮੈਂ ਇਹ ਅਪੀਲ ਕਰਦਾ ਕਿ ਬਹੁਤ ਲੰਬਾ ਸਮਾਂ ਅਸੀਂ ਲੋਕਾਂ ਦੀ ਸੇਵਾ ਕੀਤੀ ਹੈ ਲੋਕ ਇਸ ਗੱਲ ਨੂੰ ਜਾਣਦੇ ਵੀ ਆ ਤੇ ਲੋਕ ਇਸ ਗੱਲ ਵਾਸਤੇ ਸਾਡਾ ਅਸੀਂ ਜਿਸ ਪਿੰਡ ਦੇ ਵਿੱਚ ਵੀ ਜਾਂਦੇ ਆ ਆਮ ਮਹਾਰੇ ਲੋਕ ਆਉਂਦੇ ਆ ਕੋਈ ਪੇੜ ਬੰਦੇ ਨਹੀਂ ਰੱਖੇ ਹੋਏ ਅਸੀਂ ਕੋਈ ਪੈਸੇ ਦੇ ਕੇ ਕੋਈ ਨਾਲ ਬੰਦੇ ਨਹੀਂ ਜੁੜੇ ਲੋਕ ਦਿਲੋਂ ਸਾਡਾ ਸਾਥ ਦੇ ਰਹੇ ਤੇ ਮੈਂ ਤਾਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਜੇ ਆਪਾਂ ਚਾਹੁੰਦੇ ਆ ਕਿ ਲੰਬਾ ਸਮਾਂ ਰਵੈਤੀ ਪਾਰਟੀਆਂ ਨੂੰ ਮੌਕਾ ਦਿੱਤਾ ਹਰੇਕ ਪਾਰਟੀ ਨੂੰ ਮੌਕਾ ਦੇ ਕੇ ਵੇਖ ਲਿਆ ਕਾਂਗਰਸ ਨੇ ਵੀ ਥੇ ਰਾਜ ਕੀਤਾ ਅਕਾਲੀ ਦਲ ਨੇ ਵੀ ਥੇ ਰਾਜ ਕਰ ਲਿਆ ਜੀ ਦੋਨਾਂ ਪਾਰਟੀਆਂ ਤੋਂ ਲੋਕ ਆ ਕੇ ਹੋਏ ਆ ਦੋਨੋਂ ਪਾਰਟੀਆਂ ਦੇ ਲੋਕ ਵਿਸ਼ਵਾਸ ਕਰਨ ਨੂੰ ਰਾਜ਼ੀ ਨਹੀਂ ਗਾ ਇਸੇ ਕਰਕੇ ਹੀ ਅਸੀਂ ਇੱਕ ਮੌਕਾ ਆ ਆਮ ਆਦਮੀ ਪਾਰਟੀ ਵਾਲੇ ਮੰਗ ਰਹੇ ਇੱਕ ਮੌਕਾ ਦੇਖ ਤੇ ਵਖੇ ਦਿੱਲੀ ਦੇ ਲੋਕਾਂ ਨੇ 15 ਸਾਲ ਤੋਂ ਬਾਅਦ ਕਾਂਗਰਸ ਦੀ ਸਰਕਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ ਉਹ ਲੋਕ ਖੁਸ਼ ਐ ਇਸ ਵੇਲੇ ਉਹਦੇ ਕੰਮਾਂ ਤੋਂ ਤੇ ਪੰਜਾਬ ਦੇ ਵਿੱਚ ਵੀ ਅਸੀਂ ਚਾਹੁੰਦੇ ਹਾਂ ਕਿ ਜੇ ਪੰਜਾਬ ਦੀ ਜ ਆਪਲੇ ਹਲਕੇ ਦੀ ਤਰੱਕੀ ਕਰਾਉਣੀ ਆ ਤਾਂ ਇੱਕ ਮੌਕਾ ਜ਼ਰੂਰ ਆਮ ਆਦਮੀ ਪਾਰਟੀ ਨੂੰ ਦੇਣਾ ਪਊਗਾ ਬਦਲਾ ਬਹੁਤ ਜ਼ਰੂਰੀ ਹੈ ਸਮੇਂ ਦੇ ਮੁਤਾਬਕ ਤੇ ਬਦਲਾ ਮੈਨੂੰ ਜੋ ਲੱਗਦਾ ਹੈ ਲੋਕਾਂ ਦੇ ਉਰਜਾਂ ਤੋਂ ਬਾਅਦ ਬਦਲਾ ਨਿਸ਼ਚਿਤ ਤੌਰ ਤੇ ਹੋਵੇਗਾ ਜੀ ਸਵਾਲ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਬੜੇ ਬਾਕੀ ਦੇ ਨਾਲ ਜਿਹੜੇ ਸਵਾਲਾਂ ਦਾ ਜਵਾਬ ਦਿੱਤੇ ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਸਾਡੀ ਅੱਜ ਗੱਲ ਲੋਕਾਂ ਬਹੁਤ ਬਹੁਤ ਮਿਹਰਬਾਨੀ ਧੰਵਾਦ ਅਸੀਂ ਗੱਲ ਕਰ ਰਹੇ ਸੀ ਕਰਮਵੀਰ ਘੁੰਮਣ ਜੀ ਨਾਲ ਜੋ ਦਸੂਏ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਬੜੇ ਬੇ ਬਾਕੀ ਨਾਲ ਉਹਨਾਂ ਨੇ ਸਵਾਲਾਂ ਦਾ ਜਵਾਬ ਦਿੱਤੇ ਕਿ ਦਸੂਏ ਦੇ ਵਿੱਚ ਜੇਕਰ ਉਹਨਾਂ ਦੇ ਆਉਂਦੇ ਸਮੇਂ ਵਿੱਚ ਜੇਕਰ ਉਹ ਜਿੱਤਦੇ ਨੇ ਤੇ ਦਸੂਏ ਹਲਕੇ ਲਈ ਕੀ ਕੀ ਕੰਮ ਕਰਨਗੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਹੋ ਜਿਹਾ ਲੱਗ ਰਿਹਾ ਹੈ ਆਪਣੇ ਜਿਹੜੇ ਕੀਮਤੀ ਵਿਚਾਰ ਆ ਉਹ ਵੀਡੀਓ ਹੇਠਾਂ ਜ਼ਰੂਰ ਦੇਣਾ ਮੈਂ ਗੁਰਪ੍ਰੀਤ ਸਿੰਘ ਕੈਮਰਾਮੈਨ ਪਰਮਿੰਦਰ ਦੇ ਨਾਲ ਦਸੂਏ ਤੋਂ ਧੰਨਵਾਦ